ਪੰਜਾਬ ਸਰਕਾਰ ਵੱਲੋਂ ਅਪਰਾਧਿਕ ਵਾਰਦਾਤਾਂ ਕਰਨ ਵਾਲਿਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਭਾਵੇਂ ਲੱਖਾਂ ਦਾਅਵੇ ਕੀਤੇ ਜਾ ਰਹੇ ਨੇ, ਪਰ ਮੁਕਤਸਰ ਦੇ ਗਿੱਦੜਬਾਹਾ 'ਚ ਵਾਪਰੀ ਇੱਕ ਘਟਨਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਦੇ ਨਾਲ ਹੀ ਇਸ ਘਟਨਾ ਨੇ ਇਨ੍ਹਾਂ ਗੈਂਗਸਟਰਾਂ ਦੇ ਬੇਖੌਫ ਹੋ ਕੇ ਦਹਿਸ਼ਤ ਪੈਦਾ ਕਰਨ ਦਾ ਵੀ ਸਬੂਤ ਦੇ ਦਿੱਤਾ ਹੈ। ਮਾਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਇਨ੍ਹਾਂ ਗੈਂਗਸਟਰਾਂ ਨੂੰ ਕਿਸੇ ਦਾ ਖੌਫ ਹੈ ਜਾਂ ਨਹੀਂ। ਦਰਅਸਲ ਗਿੱਦੜਬਾਹਾ ਦੇ ਕੁਝ ਮੁਹੱਲਿਆਂ ਦੇ ਘਰਾਂ 'ਚ ਰਾਤ ਸਮੇਂ ਪੰਜਾਬ ਦੇ ਇੱਕ ਮਸ਼ਹੂਰ ਗੈਂਗ ਵੱਲੋਂ ਚਿੱਠੀਆਂ ਸੁੱਟ ਕੇ ਫਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਫਰੌਤੀ ਨਾ ਮਿਲਣ 'ਤੇ ਜਾਨੀ ਅਤੇ ਮਾਲੀ ਨੁਕਸਾਨ ਉਠਾਉਣ ਦੀ ਵੀ ਧਮਕੀ ਦਿੱਤੀ ਗਈ ਹੈ। ਰਾਤ ਸਮੇਂ ਕੀਤੀ ਗਈ ਇਹ ਵਾਰਦਾਤ ਘਰਾਂ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਚੁੱਕੀ ਹੈ। ਇਹਨਾਂ ਚਿੱਠੀਆਂ ਨੂੰ ਲੈ ਕੇ ਆਮ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਆਮ ਲੋਕ ਇਸ ਘਟਨਾ ਤੋਂ ਬਾਅਦ ਖੌਫਜ਼ਦਾ ਦਿਖਾਈ ਦੇ ਰਹੇ ਨੇ। ਸੁਬਹਾ ਅਸੀਂ ਜਦੋਂ ਬਾਹਰ ਖੋਲ੍ਹਿਆ ਜੀ, ਪਹਿਲਾਂ ਤਾਂ ਅਸੀਂ ਦੇਖਿਆ ਨਹੀਂ ਹੈਗਾ। ਸੇਠ ਦੁੱਧ ਲੈਣ ਗਏ ਆ ਪਿੰਡ ਨੂੰ, ਉਦੋਂ ਮਗਰੋਂ ਅਸੀਂ ਬਾਹਰ ਭੇੜਤਾ। ਫਿਰ ਮੁੰਡਾ ਜਦੋਂ 8 ਵਜੇ ਡਿਊਟੀ 'ਤੇ ਜਾਂਦਾ, ਫਿਰ ਅਸੀਂ ਬਾਹਰ ਖੋਲ੍ਹਿਆ, ਬਾਹਰ 'ਚ ਰੌਲਾ ਪਿਆ। ਰੌਲਾ ਪਾਏ ਮਗਰੋਂ ਅਸੀਂ ਦੇਖਿਆ ਤਾਂ ਕਾਗਜ਼ ਪਿਆ ਸੀ, ਉਹਦੇ ਉੱਤੇ 50,000 ਰੁਪਇਆ ਲਿਖਿਆ, 50,000 ਰੁਪਇਆ ਦਿਓ ਸਾਨੂੰ। ਨਹੀਂ ਜੀ, ਸਾਨੂੰ ਨਹੀਂ ਪਤਾ ਕਿਸ ਗੱਲ ਨਾ ਨਾ ਪਹਿਲਾਂ ਕੋਈ ਹਰਕਤ ਨਹੀਂ ਹੋਈ, ਆ ਪਹਿਲੀ ਵਾਰੀ ਹੋਈ ਆ। ਸਾਰੇ ਘਰਾਂ ਦੇ ਹੀ ਆ, ਕਿਹੜਾ ਆਪਣੇ ਇਕੱਲਿਆਂ ਦੇ ਹੈਗੇ। ਮੈਨੂੰ ਤਾਂ ਸਵੇਰੇ ਪਤਾ ਲੱਗਿਆ ਜੀ, ਜਦੋਂ ਮੇਰੇ ਦੋਸਤ ਨੇ ਘੰਟੀ ਮਾਰੀ ਵੀ ਸਾਡੇ ਘਰ ਕੀ ਚਿੱਠੀ ਆਈ ਹੈ, ਜਦੋਂ ਮੈਂ ਬਾਹਰ ਖੋਲ੍ਹਿਆ ਤਾਂ ਮੇਰੇ ਬਾਰ 'ਚ ਵੀ ਚਿੱਠੀ ਪਈ ਸੀ ਜੀ ਉਹ। ਹਾਂਜੀ, ਅਤੇ ਫਿਰ ਮੈਨੂੰ ਉਦੋਂ ਬਾਅਦ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਚਿੱਠੀਆਂ ਬਹੁਤ ਘਰਾਂ ਦੇ ਵਿੱਚ ਸਿੱਟੀਆਂ ਪਈਆਂ ਹੈਗੀਆਂ। ਡਰ ਤਾਂ ਲੱਗਦਾ ਹੀ ਹੈ ਸਰ, ਬੱਚਿਆਂ ਨੂੰ ਧਮਕੀ ਦਿੱਤੀ ਹੈਗੀ ਇਸ ਚੀਜ਼ ਬਾਰੇ, ਮਤਲਬ ਕਿ ਪੂਰੀ ਛਾਣਬੀਨ ਹੋਣੀ ਚਾਹੀਦੀ ਹੈ। ਅਤੇ ਅਗਾਂਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਾਂਗਾ ਵੀ ਇਸ ਬੰਦੇ ਜਲਦ ਤੋਂ ਜਲਦ ਫੜੇ ਜਾਣ। ਤੁਹਾਨੂੰ ਸਵੇਰੇ ਮੈਨੂੰ 7:30 ਵਜੇ ਪਤਾ ਲੱਗਿਆ ਜੀ। ਨਹੀਂ, ਮੇਰੇ ਕੋਲ ਨਹੀਂ ਆਈ ਜੀ, ਮੇਰੇ 50,000 ਰੁਪਏ ਮੰਗੇ ਗਏ ਜੀ। ਨਹੀਂ, ਸ਼ੀਸ਼ੇ ਮੇਰੇ ਦੋਸਤ ਦੀ ਕਾਰ ਦੇ ਤੋੜੇ ਗਏ ਜੀ ਰਾਤ ਨੂੰ। 15 ਤੋਂ ਲੈ ਕੇ 20 ਘਰਾਂ ਦੇ ਵਿੱਚ ਇਹ ਚਿੱਠੀ ਸਿੱਟੀ ਗਈ ਹੈ ਜੀ। ਹੁਣ ਅਸੀਂ ਤੁਹਾਨੂੰ ਉਹ ਚਿੱਠੀ ਵਿਖਾਉਂਦੇ ਹਾਂ ਜਿਸ 'ਚ ਆਮ ਸ਼ਹਿਰੀਆਂ ਨੂੰ ਧਮਕੀ ਦਿੰਦੇ ਹੋਏ ਫਰੌਤੀ ਦੀ ਮੰਗ ਕੀਤੀ ਗਈ ਹੈ। ਧਮਕੀ ਭਰੀ ਇਸ ਚਿੱਠੀ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਅਸੀਂ ਹਰ ਕਿਸੇ ਨੂੰ ਮੈਸੇਜ ਕੀਤਾ ਅਤੇ ਹਰ ਕਿਸੇ ਨੇ ਮਜ਼ਾਕ ਸਮਝ ਲਿਆ ਅਤੇ ਹਰ ਕਿਸੇ ਨੇ ਸਾਨੂੰ ਗਾਲਾਂ ਕੱਢੀਆਂ। ਹੁਣ ਪਤਾ ਲੱਗੂਗਾ, ਹੁਣ ਹਰ ਕਿਸੇ ਦੇ ਘਰ ਮੌਤਾਂ ਹੋਣਗੀਆਂ, ਉਹ ਅਸੀਂ ਹੀ ਕਰਾਂਗੇ ਓਕੇ, ਅਤੇ ਜ਼ਿੰਮੇਵਾਰ ਤੁਸੀਂ ਆਪ ਸਭ ਹੋਵੋਗੇ। ਜੇ ਤੁਸੀਂ ਆਪਣੀ ਅਤੇ ਆਪਣੀ ਫੈਮਿਲੀ ਦੀ ਸਲਾਮਤੀ ਚਾਹੁੰਦੇ ਹੋ ਤਾਂ ਸਾਨੂੰ ਹਰ ਇੱਕ ਘਰੋਂ 50,000 ਰੁਪਏ ਮਹੀਨਾ ਚਾਹੀਦਾ, ਨਹੀਂ ਤਾਂ ਮੌਤ ਦਾ ਸਾਹਮਣਾ ਕਰ ਲਓ। ਨੋ ਪੁਲਿਸ ਕੰਪਲੇਂਟ, ਲਾਰੈਂਸ ਬਿਸ਼ਨੋਈ ਗਰੁੱਪ। ਇਹਨਾਂ ਚਿੱਠੀਆਂ ਨੇ ਮੁਹੱਲਾ ਵਾਸੀਆਂ ਦੇ ਅੰਦਰ ਖੌਫ ਪੈਦਾ ਕਰ ਦਿੱਤਾ ਹੈ। ਇਹ ਮਾਮਲਾ ਨਾ ਜੀ, ਕਰੀਬ 30-40 ਲੈਟਰਸ ਲੋਕਾਂ ਦੇ ਗੇਟ ਅੱਗੇ ਸਿੱਟੇ ਗਏ ਹੈ, ਜਿਹੜੀ ਕਿ ਹਿੰਦੀ 'ਚ ਹੈਗੇ ਪਰ ਉਹ 'ਚ ਲੈਂਗੁਏਜ ਯੂਜ਼ ਇੰਗਲਿਸ਼ ਕੀਤੀ ਹੈ। ਉਸ 'ਚ ਜਿਵੇਂ ਕਿਸੇ ਨੂੰ ਧਮਕਾਉਣ ਬਾਰੇ ਜਾਂ ਪੈਸੇ ਇਕੱਠੇ ਕਰਨ ਬਾਰੇ ਲਿਖੇ ਗਏ ਸੀ। 50,000 ਰੁਪਇਆ ਧਮਕੀ ਵੀ ਪਰਿਵਾਰ ਨੂੰ ਵੀ ਤੁਸੀਂ ਆਪਦੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ ਸਾਨੂੰ 50,000 ਰੁਪਇਆ ਦਿਓ, ਇਸ ਤਰ੍ਹਾਂ ਦੇ ਜੀ ਸਰ। ਪਹਿਲਾਂ ਕੋਈ ਇਹੋ ਜਿਹਾ ਮੈਟਰ ਆਪਣੇ ਧਿਆਨ 'ਚ ਨਹੀਂ ਹੈਗਾ ਜੀ। ਅਸੀਂ CCTV ਦੇਖ ਰਹੇ ਹਾਂ ਜੀ, ਗਲੀ 'ਚ ਸਾਰੇ ਲੱਗੇ ਬੰਦੇ ਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਬੰਦਾ ਕੈਮਰਾ 'ਚ ਆਇਆ ਪਰ ਉਹ ਹਾਲੇ ਕਲੀਅਰ ਨਹੀਂ, ਉਹਦੀ ਆਈਡੈਂਟੀ ਨਹੀਂ ਹੋ ਰਹੀ, ਉਹਨੂੰ ਆਈਡੈਂਟੀਫਾਈ ਕਰਕੇ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ। 2 ਫੋਨ ਨੰਬਰ ਨੇ ਜੀ, ਇੱਕ ਤਾਂ ਲੋਕਲ ਗਿੱਦੜਵਾ ਦਾ ਹੀ ਹੈਗਾ, ਉਸ ਬੰਦੇ ਨਾਲ ਕੰਟੈਕਟ ਕੀਤਾ, ਉਹ ਜੋ ਆਊਟ ਆਫ ਸਟੇਸ਼ਨ ਹੈਗਾ, ਉਹ ਸ਼ਾਮ ਨੂੰ ਆਊਗਾ ਜੀ, ਉਹ ਤੋਂ ਪੁੱਛਗਿੱਛ ਕੀਤੀ ਜਾਊਗੀ। ਨਹੀਂ, ਨੰਬਰਾਂ ਦਾ ਕੋਈ ਸੰਬੰਧ ਨਹੀਂ, ਵੈਸੇ ਇਹੋ ਜਿਹਾ ਜੇ ਕੋਈ ਮਤਲਬ ਬੰਦਾ ਹੁੰਦਾ ਜੀ, ਉਹ ਆਪਦੇ ਰੀਅਲ ਨੰਬਰ ਕਦੇ ਵੀ ਡਿਸਕਲੋਜ਼ ਨਹੀਂ ਕਰਦਾ, ਹੈ ਨਾ। ਬੰਦਾ ਕਰੀਬ 30-35 ਸਾਲ ਦਾ ਲੱਗ ਰਿਹਾ ਜੀ। ਇਹਨਾਂ ਚਿੱਠੀਆਂ ਦੇ ਪਿੱਛੇ ਕੌਣ ਹੈ ਇਸ ਦਾ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ, ਪਰ ਗੈਂਗਸਟਰਾਂ ਵੱਲੋਂ ਬੇਖੌਫ ਹੋ ਕੇ ਇਸ ਤਰ੍ਹਾਂ ਚਿੱਠੀਆਂ ਰਾਹੀਂ ਧਮਕੀ ਦਿੰਦੇ ਹੋਏ ਫਰੌਤੀ ਦੀ ਮੰਗ ਕਰਨਾ ਆਮ ਸ਼ਹਿਰੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ। ਹੁਣ ਵੇਖਣਾ ਇਹ ਹੋਵੇਗਾ
ਕਿ ਪੁਲਿਸ ਕਿੰਨੀ ਜਲਦੀ ਇਹਨਾਂ ਚਿੱਠੀਆਂ ਦੀ ਅਸਲੀਅਤ ਤੱਕ ਪਹੁੰਚਦੀ ਹੈ। ਮੁਕਤਸਰ ਤੋਂ ਤਰਸੇਮ ਢੁੱਡੀ ਦੀ ਰਿਪੋਰਟ, D5 ਚੈਨਲ ਪੰਜਾਬੀ।